ਕਰਤਾਰਪੁਰ ਸਾਹਿਬ ਲਾਂਘਾ ਨੀਂਹ ਪੱਥਰ ਰੱਖਿਆ ਗਿਆ। ਸਮਾਗਮ ਦੇ ਵਿਹੜੇ ਵਿੱਚ ਸਿਆਸੀ ਬਿਆਨਬਾਜ਼ੀਆਂ ਦੀਆਂ ਧੂੜਾਂ ਉੱਡੀਆਂ ਤਾਂ ਵਿਹੜੇ ਤੋਂ ਬਾਹਰ ਆਮ ਲੋਕਾਂ ਤੇ ਧਾਰਮਿਕ ਆਗੂਆਂ ਦੇ ਵੱਲੋਂ ਸਮਾਗਮ ਦੌਰਾਨ ਹੋਈ ਇਸ ਸਿਆਸਤ ਦੀ ਜੰਮ ਕੇ ਪੰਡੀ ਕੁੱਟੀ ਗਈ। ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਰੁੱਸੇ ਅਤੇ ਫਿਰ ਦੁਬਾਰਾ ਅਕਾਲੀ ਦਲ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਮਾਗਮ ਦੌਰਾਨ ਗੁਰਮਰਿਆਦਾ ਭੰਗ ਕਰਨ ਦੇ ਦੋਸ਼ ਲਾਏ ਨੇ। ਮੱਕੜ ਨੇ ਅਕਾਲੀ ਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਵੇਂ ਉਹਨਾਂ ਦੀ ਵਿਰੋਧੀ ਪਾਰਟੀ ਨੇ ਸਟੇਜ ਤੋਂ ਕੁਝ ਵੀ ਬੋਲਿਆ ਸੀ, ਪਰ ਅਕਾਲੀ ਆਗੂਆਂ ਨੂੰ ਨਾਅਰੇਬਾਜ਼ੀ ਨਹੀਂ ਕਰਨੀ ਚਾਹੀਦੀ ਸੀ। ਕਰਤਾਰਪੁਰ ਦੇ ਲਾਂਘੇ ਦਾ ਆਪਣਾ ਫਾਊਂਡੇਸ਼ਨ ਤੋਂ ਲੈ ਕਰਨਾ ਸੀ ਔਰ ਉਹਦੇ ਲਈ ਸ਼ੁਕਰਾਨਾ ਵੀ ਕੀਤਾ ਜਾਣਾ ਸੀ ਅਕਾਲਪੁਰ ਵਾਹਿਗੁਰੂ ਦਾ, ਜਿਹਨਾਂ ਦੀ ਬਖਸ਼ਿਸ਼ ਸਦਕਾ ਕਿ ਸਾਨੂੰ ਲਾਂਘਾ ਪ੍ਰਾਪਤ ਹੋਇਆ। ਅਤੇ ਨਾਲ ਹੀ ਮੈਂ ਸਮਝਦਾ ਕਿ ਉਹਨਾਂ ਦੋਨੋਂ ਸਰਕਾਰਾਂ ਦਾ ਵੀ ਧੰਨਵਾਦ ਕੀਤਾ ਜਾਣਾ ਸੀ, ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਸ਼੍ਰੀ ਇਮਰਾਨ ਖਾਨ ਜੀ ਦਾ, ਜਿਹਨਾਂ ਦੀ ਉੱਦਮ ਸਦਕਾ ਇਹ ਸਾਨੂੰ ਲਾਂਘਾ ਪ੍ਰਾਪਤ ਹੋਇਆ। ਲੇਕਿਨ ਇਹ ਸਮਾਗਮ ਜਿਹੜਾ ਹੈ, ਬੇਸਿਕਲੀ ਇਹਦੀ ਜਿਹੜੀ ਮਰਿਆਦਾ ਹੈ ਉਹ ਧਾਰਮਿਕ ਹੀ ਧਾਰਮਿਕ ਤੌਰ 'ਤੇ ਹੀ ਕੀਤੀ ਜਾਣੀ ਚਾਹੀਦੀ ਸੀ ਔਰ ਇਹੋ ਜਿਹਾ ਵੱਡਾ ਇਤਿਹਾਸਕ ਜਿਹੜਾ ਪਲ ਸਾਨੂੰ ਸਿੱਖ ਸੰਗਤ ਨੂੰ ਕਰੋੜਾਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਤੋਂ ਬਾਅਦ ਜਿਹੜਾ ਸਾਨੂੰ ਅੱਜ ਨਸੀਬ ਹੋਇਆ, ਜਿਹੜਾ ਪ੍ਰਾਪਤ ਹੋਣ ਜਾ ਰਿਹਾ, ਜਿਹੜਾ ਲਾਂਘਾ ਵੀ ਅਸੀਂ ਤਾਂਘ ਰੱਖਦੇ ਸੀ ਉਹ ਸਾਨੂੰ ਮਿਲਣ ਜਾ ਰਿਹਾ, ਅਤੇ ਅਸੀਂ ਮੈਂ ਸਮਝਦਾ ਕਿ ਉਸ ਮੌਕੇ 'ਤੇ ਰਾਜਨੀਤੀ ਕਰਨੀ ਜਾਂ ਰਾਜਨੀਤਿਕ ਗੱਲ ਕਰਨੀ, ਸਮਾਗਮ ਜਿਹੜਾ ਹੈਗਾ ਸਿਆਸਤ ਦੀ ਭੇਂਟ ਵੀ ਚੜਿਆ ਹੈਗਾ, ਮਰਿਆਦਾ ਭੰਗ ਹੋਈ ਆ ਉੱਥੇ। ਉਹ ਤਾਂ ਮਰਿਆਦਾ ਭੰਗ ਹੋਈ ਆ, ਜੇ ਰਾਜਨੀਤੀ ਲਈ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਜਿਹਦੇ ਵੱਲੋਂ ਵੀ ਕੀਤੀ ਗਈ ਆ, ਤੇ ਉਹ ਜਿਹੜੀ ਇਸ ਧਾਰਮਿਕ ਅਹਿਮੀਅਤ ਵਾਲੇ ਇਸ ਸਮਾਗਮ ਦੀ ਮਰਿਆਦਾ ਭੰਗ ਹੋਈ। ਤੁਹਾਨੂੰ ਲੱਗਦਾ ਨੀਂਹ ਪੱਥਰ ਹੈਗੇ ਨੇ ਉਹਨਾਂ ਦੇ ਨਾਮ ਲਿਖੇ ਜਾਣੇ ਚਾਹੀਦੇ ਸੀਗੇ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ? ਦੇਖੋ ਤਾਂ ਦੇਖੋ ਅੱਜ ਕੱਲ੍ਹ ਰਿਵਾਜ਼ ਬਣ ਗਿਆ ਵੀ ਜਿੰਨੇ ਵੱਧ ਤੁਹਾਡਾ ਨਾਮ ਲਿਖ ਸਕਦੇ ਹੋ ਲਿਖ ਦਿਓ, ਹਰ ਇੱਕ ਦੀ ਲਾਈਕਿੰਗ ਹੁੰਦੀ ਹੈ। ਔਰ ਦੇਖੋ ਜਿੱਥੋਂ ਤੱਕ ਮੇਰਾ ਸਵਾਲ ਹੈ ਨਾ, ਮੈਂ ਕਿਸੇ ਵੀ ਧਾਰਮਿਕ ਸਥਾਨ ਦੇ ਧਾਰਮਿਕ ਫੰਕਸ਼ਨ 'ਤੇ ਧਾਰਮਿਕ ਕੋਈ ਸ਼ਿਲਾਨਿਆਸ ਕਰਨਾ ਹੁੰਦਾ ਸੀ, ਮੈਂ 11 ਸਾਲ 'ਚ ਮੈਂ ਆਪਣਾ ਨਾਮ ਨਹੀਂ ਸੀ ਲਿਖਦਾ। ਹਾਂ, ਸਕੂਲਾਂ ਕਾਲਜਾਂ ਦੇ ਵਿੱਚ ਤਾਂ ਆਮ ਚੱਲ ਜਾਂਦਾ ਸੀ। ਹੁਣ ਦੇਖੋ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣੇ 'ਚ, ਔਰ ਮੇਰਾ ਡ੍ਰੀਮ ਪ੍ਰੋਜੈਕਟ ਸੀ ਔਰ ਕੋਈ ਨੀਂਹ ਪੱਥਰ ਨਹੀਂ। ਗੁਰਦੁਆਰਾ ਮਾਲਡਨ ਐਕਸਟੈਂਸ਼ਨ ਦਾ ਮੈਂ ਪ੍ਰੈਜੀਡੈਂਟ ਹਾਂ, 34 ਸਾਲ ਹੋ ਗਏ। ਉਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਗੇੜਾ ਕੱਢੋ, ਕਿਤੇ ਵੀ ਤੁਹਾਨੂੰ ਨੀਂਹ ਪੱਥਰ ਨਹੀਂ ਦਿੱਤਾ। ਅਤੇ ਮੇਰੇ ਜਾਣ ਤੋਂ ਬਾਅਦ ਕਿਸੇ ਨੂੰ ਪਤਾ ਹੀ ਲੱਗਣਾ ਕਿ ਕਿੰਨੇ ਸੇਵਾ ਕੀਤੀ ਸੀ। ਫਿਰ ਗੁਰੂ ਮਹਾਰਾਜ ਦੇ ਕਾਰਜ ਨੇ ਜਿਸਕਾ ਕਾਰਜ ਚੰਗੀ ਕੀਆ ਮਾਨਸ ਕਿਆ ਵਿਚਾਰਾ ਦਾ, ਮਨ ਮਨੁੱਖ ਦਾ ਐਵੇਂ ਆਪਣੀ ਹੋਮੇ ਅਤੇ ਮੈਮੇਰੀ ਨੂੰ ਪੱਠੇ ਪਾਉਂਦਾ ਰਹਿੰਦਾ। ਇਹ ਸਤਿਗੁਰ ਦੀ ਬਖਸ਼ਿਸ਼ ਸਦਕਾ ਹੀ ਇਹ ਪਲ ਨਸੀਬ ਹੁੰਦਾ, ਇਹ ਮੌਕਾ ਅਵਸਰ ਪ੍ਰਾਪਤ ਹੁੰਦਾ ਜਿਹੜਾ ਕਿ ਦੋਨੋਂ ਸਰਕਾਰਾਂ ਨੂੰ ਪ੍ਰਾਪਤ ਹੋਇਆ ਔਰ ਉਹਨਾਂ ਨੇ ਇਹਨੂੰ ਅਵੇਲ ਕੀਤਾ। ਮੋਦੀ ਜੀ ਨੇ ਵੀ ਅਵੇਲ ਕੀਤਾ। ਪੂਰਾ ਸਾਲ ਹੁਣ ਜਿਹੜਾ ਸ਼ੁਰੂਆਤ ਹੋ ਗਈ ਗੁਰਪੁਰਬ ਨਾਲ, ਗੁਰੂ ਨਾਨਕ ਦੇਵ ਜੀ ਦੀ ਇੱਕ ਸਾਲ ਸਮਾਗਮ ਦੀ ਸ਼ੁਰੂਆਤ ਹੋ ਗਈ ਹੋਈ ਹੈ, ਤੇ ਹੁਣ ਬਾਰ ਬਾਰ ਉੱਥੇ ਮੰਚ ਲੱਗਣਗੇ, ਸਭ ਕੁਛ ਹੋਏਗਾ। ਤੁਹਾਨੂੰ ਲੱਗਦਾ ਕਿ ਉਸ ਜਗ੍ਹਾ ਤੇ ਦੁਬਾਰਾ ਸਿਆਸਤ ਹੋਣੀ ਆ, 84 ਦੇ ਮਾਮਲਿਆਂ ਨੂੰ ਉਠਾਉਣਾ ਜਾਂ ਕੁਛ ਵੀ ਮੁੱਦੇ ਹੋਰ ਚੱਕਣੇ? ਦੇਖੋ ਮੈਂ ਸਮਝਦਾ ਵੀ ਜਿੱਥੇ ਕੋਈ ਧਾਰਮਿਕ ਸਮਾਗਮ ਹੋ ਰਿਹਾ ਉੱਥੇ ਸਿਰਫ ਗੱਲ ਧਰਮ ਦੀ ਕੀਤੀ ਜਾਣੀ ਚਾਹੀਦੀ, ਉੱਥੇ ਕੀਰਤਨ ਹੋਣੇ ਚਾਹੀਦੇ ਨੇ, ਇਤਿਹਾਸਕ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ, ਗੁਰਮਤਿ ਪ੍ਰਚਾਰ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ, ਉਸ ਅਸਥਾਨ ਦੀ ਮਹੱਤਤਾ ਬਾਰੇ ਗੱਲ ਕੀਤੀ ਜਾਣੀ ਚਾਹੀਦੀ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੇ ਵਿੱਚ ਕੀ ਕੀਤਾ, ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਦੇ ਵਿੱਚ ਇੰਨੇ ਲੰਬੇ ਵਿਸ਼ਰਾਮ ਜਿਹੜਾ ਕਿ 17.5 ਸਾਲ ਦੇ ਕਰੀਬ ਉਹ ਕਰਤਾਰਪੁਰ ਦੇ ਰਹੇ ਨੇ, ਉਹਨਾਂ ਦਾ ਕੀ ਮਕਸਦ ਸੀ ਜ਼ਿੰਦਗੀ ਦਾ, ਉਹਨਾਂ ਨੇ ਉੱਥੇ ਕੀ ਕੁਛ ਪ੍ਰਾਪਤ, ਕੀ ਕੁਛ ਉਹਨਾਂ ਨੇ ਸਤਿਗੁਰੂ ਜੀ ਨੇ ਉੱਥੇ ਕੀਤਾ, ਕੀ ਹੰਡਾਇਆ, ਕੀ ਉਪਦੇਸ਼ ਦਿੱਤਾ, ਕੀ ਉਹਨਾਂ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਔਰ ਮੈਂ ਸਮਝਦਾ ਕਿ ਉੱਥੇ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਲਹਿਣਾ ਦੇ ਰੂਪ ਵਿੱਚ, ਭਾਈ ਲਹਿਣਾ ਜੀ ਦੇ ਰੂਪ ਵਿੱਚ ਜਿਹੜੇ ਉਹਨਾਂ ਦੇ ਕੋਲ ਦਰਸ਼ਨ ਕਰਨ ਲਈ ਆਏ,
ਤੇ ਉਹਨਾਂ ਨੂੰ ਉਹਨਾਂ ਨੇ ਆਪਣੀ ਧਾਰਮਿਕ ਕਸਵੱਟੀ ਦੇ ਤੋਂ ਲਿਆ, ਕਿਉਂਕਿ ਗੁਰਬਾਣੀ ਚ ਫਰਮਾਨ ਆਉਂਦਾ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਏ ਸੀ। ਔਰ ਸਿੱਖੀ ਦੇ ਵਿੱਚ ਸਭ ਤੋਂ ਵੱਡੀ ਮਹੱਤਤਾ ਕਿਸੇ ਦੀ ਕਮਾਈ ਦੀ, ਕਿਸੇ ਉਹਦੇ ਦੀ ਪ੍ਰਾਪਤੀ ਦੀ, ਕਿਸੇ ਕੰਮ ਦੀ ਸੰਪੂਰਨਤਾ ਦੀ ਹੈ ਜਿਹੜੀ, ਉਹ ਹੁਕਮ ਮੰਨ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੇ ਭਾਈ ਲਹਿਣਾ ਜੀ ਨੇ, ਗੁਰੂ ਨਾਨਕ ਸਾਹਿਬ ਨੇ ਕਿੰਨੇ ਹੀ ਵਾਰ ਭਾਈ ਲਹਿਣਾ ਜੀ ਨੂੰ ਕੰਮ ਕਹਿ, ਆਪਣੇ ਸਪੁੱਤਰਾਂ ਨੂੰ ਵੀ ਕਹਿ, ਬਾਕੀ ਸਿੱਖਾਂ ਨੂੰ ਵੀ ਕਹਿ, ਪਰ ਭਾਈ ਲਹਿਣਾ ਜੀ ਕਸਮੱਟੀ ਦੇ ਪੂਰੇ ਉਤਰੇ ਤੇ ਉਹ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਰੂਪ ਅੰਗਦ ਦੇ ਰੂਪ ਵਿੱਚ ਦੂਸਰੇ ਗੁਰੂ ਦੇ ਰੂਪ ਵਿੱਚ ਮੱਕੜ ਸਾਹਿਬ ਇੱਕ ਲਾਸਟ ਕੀ, ਜਿਵੇਂ ਕਿ ਬਹੁਤ ਪਵਿੱਤਰ ਸਮਾਗਮ ਸੀ, ਇਸ ਤੋਂ ਵੱਡਾ ਸ਼ਾਇਦ ਸਿੱਖਾਂ ਲਈ ਕੋਈ ਸਮਾਗਮ ਨਾ ਹੋਏ ਜਿੱਡਾ ਪਵਿੱਤਰ ਸੀਗਾ, ਤੇ ਉੱਥੇ ਨਾਰੇਬਾਜ਼ੀਆਂ ਹੋਈਆਂ, ਤੁਸੀਂ ਕਿੰਨੀ ਕੁ ਮਰਿਆਦਾ ਭੰਗ ਵੇਖਦੇ ਹੋ ਤੇ ਕੀ ਨਸੀਹਤ ਦੇਣਾ ਚਾਹੁੰਦੇ ਹੋ? ਮੈਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ, ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇਕਰ ਕੋਈ ਬੰਦਾ ਗਲਤ ਬੋਲ ਗਿਆ ਤੇ ਉਹਦਾ ਉਹ ਆਪੇ ਭੁਗਤੇਗਾ। ਸਾਨੂੰ ਰਿਐਕਟ ਨਹੀਂ ਕਰਨਾ ਚਾਹੀਦਾ ਸੀ, ਅਸੀਂ ਗੁਰਸਿੱਖ ਹਾਂ, ਅਸੀਂ ਆਪਣੇ ਆਪ ਨੂੰ ਗੁਰੂ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਾਂ। ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਸਿੱਖੀ ਮਰਿਆਦਾ 'ਤੇ ਪਹਿਰਾ ਦੇਣ ਵਾਲੀਆਂ ਨੇ, ਸਿੱਖੀ ਪਰੰਪਰਾਵਾਂ 'ਤੇ ਪਹਿਰਾ ਦੇਣ ਵਾਲੀਆਂ ਨੇ, ਸਿੱਖੀ ਅਸੂਲਾਂ 'ਤੇ ਚੱਲਣ ਵਾਲੀਆਂ ਨੇ। ਹਰ ਪਾਰਟੀ, ਹਰ ਬੰਦਾ ਜਿਹੜਾ ਉਹ ਇਹਨਾਂ ਪਰੰਪਰਾਵਾਂ 'ਤੇ ਪਹਿਰਾ ਦੇਣ ਵਾਲਾ ਨਹੀਂ ਹੁੰਦਾ। ਕਿਸੇ ਦਾ ਫਰਜ਼, ਕਿਸੇ ਦਾ ਕੰਮ ਸਿਰਫ ਨਰੋਲ ਸਿਆਸਤ ਹੁੰਦਾ, ਅਤੇ ਕਿਸੇ ਦਾ ਕੰਮ ਜਿਹੜਾ ਹੁੰਦਾ ਉਹ ਸਿਆਸਤ ਕਰਨੀ ਹੁੰਦੀ ਹੈ, ਲੇਕਿਨ ਉਹ ਧਾਰਮਿਕ ਮਰਿਆਦਾ ਨੂੰ ਜਿਹੜਾ ਉਹ ਸਾਹਮਣੇ ਰੱਖ ਕੇ, ਰਾਜਨੀਤੀ ਨੂੰ ਧਾਰਮਿਕ ਮਰਿਆਦਾ ਜਾਂ ਧਰਮ ਤੋਂ ਥੱਲੇ ਰੱਖ ਕੇ, ਧਰਮ ਦੇ ਕੁੰਡੇ ਦੇ ਥੱਲੇ ਰੱਖ ਕੇ ਉਹ ਜਿਹੜੀ ਹੈ ਮਰਿਆਦਾ ਜਿਹੜੀ ਹੈ ਉਹ ਨਿਭਾਉਣੀ ਚਾਹੀਦੀ ਹੈ। ਅਤੇ ਇਸ ਵਾਸਤੇ ਜਿਹੜੀ ਇਹ ਜਿਹੜੀ ਮਰਿਆਦਾ ਜਿਹੜੀ ਹੈ ਉਹਨੂੰ ਉਸੇ ਤਰ੍ਹਾਂ ਉਹਦਾ ਪਾਲਣ ਕੀਤਾ ਜਾਣਾ ਚਾਹੀਦਾ। ਬੇਸ਼ੱਕ ਮੌਕਾ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਨਵੇਂ ਬਣਾਏ ਜਾਣ ਵਾਲੇ ਕੋਰੀਡੋਰ ਦੇ ਨੀਂਹ ਪੱਥਰ ਦਾ ਸੀ, ਜਿਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਕੋਰੀਡੋਰ ਦੇ ਨੀਂਹ ਪੱਥਰ ਅਤੇ ਉੱਥੇ ਹੋਏ ਧਾਰਮਿਕ ਸਮਾਗਮ ਦੀ ਚਰਚਾ ਹੋਣੀ ਸੀ, ਪਰ ਸਿਆਸਤਦਾਨਾਂ ਦੀ ਆਪਸੀ ਖਿੱਚ ਤੂੰ ਅਤੇ ਮੈਂ ਕੀਤਾ ਨੇ ਸੰਗਤਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ, ਜਿਸ ਦੀ ਚਰਚਾ ਸ਼ਾਇਦ ਸਮਾਗਮ ਨਾਲੋਂ ਵੀ ਕਿਤੇ ਜ਼ਿਆਦਾ ਹੋਈ। ਹੁਣ ਸਭ ਦੀਆਂ ਨਜ਼ਰਾਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਕਰਵਾਏ ਜਾਣ ਵਾਲੇ ਨੀਂਹ ਪੱਥਰ ਸਮਾਗਮ 'ਤੇ ਨੇ, ਜਿੱਥੇ ਪੰਜਾਬ ਦੀਆਂ 2 ਮੁੱਖ ਵਿਰੋਧੀ ਧਿਰਾਂ ਦੇ ਉੱਘੇ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਗੂ ਗੁਆਂਢੀ ਮੁਲਕ ਵਿੱਚ ਜਾ ਕੇ ਕਿਹੋ ਜਿਹਾ ਵਰਤਾਰਾ ਕਰਦੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।